ਟਾਲਾ ਵੱਲੋਂ ਇੱਕ ਸ਼ਾਤਰ ਚੋਰ ਅਤੇ ਲੁੱਟਖੋ ਕਰਨ ਵਾਲੇ ਨੌਜਵਾਨ ਜਗਦੀਪ ਸਿੰਘ ਜਗਨਾ ਨੂੰ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ। ਉੱਥੇ ਹੀ ਬਟਾਲਾ ਪੁਲਿਸ ਦੇ DSP ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਨੌਜਵਾਨ ਜਗਦੀਪ ਸਿੰਘ ਨੂੰ ਜਦ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉੱਥੇ ਹੀ DSP ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਕੀਤੀ ਪੁੱਛਗਿੱਛ 'ਚ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ 3 ਹੋਰ ਸਾਥੀਆਂ ਨਾਲ ਮਿਲ ਕੇ ਮੋਟਰਸਾਈਕਲ ਅਤੇ ਹੋਰਨਾਂ ਵਾਹਨਾਂ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜ਼ਬਰਦਸਤੀ ਰੋਕ ਕੇ ਉਹਨਾਂ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਹਨਾਂ ਦੀ ਤਲਾਸ਼ੀ ਲੈਂਦੇ ਸਨ ਅਤੇ ਮੁੜ ਉਹਨਾਂ ਦੇ ਪੈਸੇ ਖੋ ਕੇ ਫਰਾਰ ਹੋ ਜਾਂਦੇ ਸਨ ਅਤੇ ਇੱਦਾਂ ਦੀਆਂ ਕਈ ਵਾਰਦਾਤਾਂ ਨੂੰ ਉਹਨਾਂ 4 ਸਾਥੀਆਂ ਵੱਲੋਂ ਮਿਲ ਕੇ ਅੰਜਾਮ ਦਿੱਤੇ ਗਏ ਹਨ। ਉੱਥੇ ਇਸ ਤੋਂ ਇਲਾਵਾ ਜਗਦੀਪ ਸਿੰਘ ਇੱਕ ਗੈਂਗ ਸਰਗਨਾ ਹੈ ਅਤੇ ਹੁਣ ਤੱਕ ਉਸ ਦੇ ਖਿਲਾਫ਼ ਵੱਖ ਵੱਖ ਪੁਲਿਸ ਥਾਣਿਆਂ 'ਚ 10 ਦੇ ਕਰੀਬ ਚੋਰੀ ਦੇ ਮਾਮਲੇ ਦਰਜ ਹਨ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਹੋਰਨਾਂ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਸਿੱਟੀ ਲੱਗੀ ਅਸੀਂ ਬਲਦੇਵ ਸਿੰਘ ਨਾਕਾ ਲਾਇਆ ਸੀ ਸੁੱਖਾ ਸਿੰਘ ਚੌਂਕ ਨਾਕੇ ਦਰਮਿਆਨ ਸ਼ਾਸ਼ੀ ਨਗਰ ਵੱਲੋਂ ਇੱਕ ਐਕਟਿਵਾ ਦੇ ਬੰਦਾ ਨੂੰ ਦਿਖਾਈ ਦਿੱਤਾ। ਉਹਨੇ ਐਕਟਿਵਾ ਆ ਰਿਹਾ ਸੀ ਜਦੋਂ ਨਾਕੇ ਰੋਕਣ ਲੱਗੇ ਪਿਛਾਂ ਮੁੜ ਪਿਆ ਜੀ ਅਤੇ ਜਦੋਂ ਰੋਕਿਆ ਫੜਿਆ ਗਿਆ ਇਹਨੂੰ ਤਾਂ ਆਪਣੀ ਸੱਡੀ ਪਹਿਨੀ ਹੋਈ ਪਹਿਣੀ ਸੱਡੀ ਜੇਬ 'ਚੋਂ ਉਹਨੇ ਸਮਾਨ ਲੱਗਿਆ ਸਭ ਤੋਂ ਚੈੱਕ ਕੀਤਾ 70 ਗ੍ਰਾਮ ਸੰਗੇਤ ਬਰਾਮਦ ਹੋਈ ਆ ਇੱਥੇ ਵੱਖ ਵੱਖ ਥਾਣਿਆਂ 'ਚ ਹੋਰ ਹੀ ਪਰਚੇ ਦਰਜ ਸਰ ਟੋਟਲ ਕਿੰਨੀ ਗਿਣਤੀ ਜਿੱਥੇ ਪਰਚੇ 10 ਪਰਚੇ ਦਰਜ ਨੇ ਸਰ ਇਹ ਪਤਾ ਲੱਗਿਆ ਕਿ ਇਹ ਕੋਈ ਪੁਲਿਸ ਕਰਮਚਾਰੀ ਬਣ ਕੇ ਵੀ ਲੋਕਾਂ ਨੂੰ ਠੱਗਦਾ ਸੀ। ਬਿਲਕੁਲ ਜੀ ਇਹ ਨਾਕੇ ਤੋਂ ਜਿਵੇਂ ਜਾ ਰਿਹਾ ਬੰਦਾ ਵੀ ਕਿਹੜੇ ਨਾਕਾ ਤੋੜ ਕੇ ਆ ਗਿਆ ਵਾ ਉਹ ਰੋਕ ਲੈਂਦਾ ਸੀ ਤੇ ਤਲਾਸ਼ੀ ਨਹੀਂ ਬਣਨੇ ਕੋਈ ਪੈਸੇ ਖੋ ਲੈਂਦਾ ਸੀ। ਸਰ ਕੋਈ ਇਹਦੇ ਨਾਲ ਸਾਥੀ ਵੀ ਇਹਦਾ ਹੈਗਾ ਇਕੱਲੇ ਸਾਥੀ ਆਈ ਪੁੱਛ ਲੈਣੀ ਕਰ।